ਜੀ ਨਮਸਕਾਰ ਤੇ ਜੈਨ ਤਾਂ ਮੈਂ ਰੋਜ਼ ਹੀ ਸੁਣਦਾ ਤੁਸੀਂ ਮੈਨੂੰ ਐ ਦੱਸੋ ਵੀ ਕਿੱਧਰ ਮੂੰਹ ਚੱਕਿਆ ਬਈ ਸਾਡੀ ਰਿਪੋਰਟ ਲਿਖੋ ਜੀ ਰਿਪੋਰਟ ਤਾਂ ਲਿਖਾਂਗੇ ਦਿੱਤੀ ਗੱਲ ਜੀ ਪਹਿਲੇ ਮੈਨੂੰ ਤੁਸੀਂ ਸਾਰੀ ਗੱਲਬਾਤ ਦੱਸੋ ਵੀ ਗੱਲਬਾਤ ਹੋਈ ਕਿਵੇਂ ਅਸੀਂ ਰਾਤ ਨੂੰ ਸੁੱਤੇ ਪਏ ਸੀ ਦੋ ਬੰਦੇ ਆਪਸ ਵਿੱਚ ਗੱਲ ਕਰਨ ਲੱਗ ਗਏ ਜੇ ਬੋਲੇ ਤੇ ਮਾਰ ਦਾਂਗੇ ਉਸ ਤੋਂ ਬਾਅਦ ਸਾਰਾ ਸਮਾਨ ਇਕੱਠਾ ਕੀਤਾ ਤੇ ਲੈ ਕੇ ਚੱਲਦੇ ਬਣੇ ਸਾਰਾ ਸਮਾਨ ਲੈ ਗਏ ਸਾਰਾ ਲੈ ਗਏ ਤੇ ਫਿਰ ਸਾਡੇ ਵਾਸਤੇ ਕੀ ਛੱਡ ਕੇ ਗਏ ਮੇਰਾ ਮਤਲਬ ਇਹ ਹੈ ਵੀ ਕੁਛ ਮਾਸ ਸਾਲ ਅਸੀਂ ਦੇਖਾਂਗੇ ਮਾਲਾਂ ਨੂੰ ਵੀ ਮਾਲ ਕਿਹੋ ਜਿਹਾ ਚੋਰੀ ਕਰਕੇ ਗਏ ਹੈ ਫਿਰ ਛੱਡੋ ਪਰੇ ਤੁਸੀਂ ਆਪ ਕਿਉਂ ਨੀ ਬੋਲੇ ਅਸੀਂ ਸੋਚਿਆ ਕਿ ਬਈ ਜੇ ਅਸੀਂ ਬੋਲਾਂਗੇ ਤਾਂ ਸਾਨੂੰ ਮਾਰ ਦੇਣਗੇ ਇਹਦਾ ਮਤਲਬ ਸੋਨੂੰ ਮਾਰਨਾ ਜਾਣ ਸਾਨੂੰ ਮਾਰ ਜਾਣ ਬਹਿ ਜਾਓ ਇਹ ਮਾਮਲਾ ਬੜਾ ਗੰਭੀਰ ਲੱਗਦਾ ਸਾਡੀ ਰਿਪੋਰਟ ਲਿਖੋ ਜੀ ਜਲਦੀ ਲਿਖੋ ਜੀ ਸਾਡੀ ਰਿਪੋਰਟ ਤੁਸੀਂ ਦੇਰ ਕਿਉਂ ਕਰ ਰਹੇ ਹੋ ਜੀ ਸਾਡੀ ਰਿਪੋਰਟ ਲਿਖੋ ਜੀ ਕਿਹੜੀ ਰਿਪੋਰਟ ਲਿਖਾਂ ਕਾਹਦੀ ਰਿਪੋਰਟ ਲਿਖਾਂ ਪਹਿਲਾਂ ਮੈਨੂੰ ਇਹ ਨਹੀਂ ਸਮਝ ਆ ਰਿਹਾ ਵੀ ਇਹ ਡਾਕਾ ਕਿ ਚੋਰੀ ਹੈ ਜਿੰਨਾ ਚਿਰ ਮੈਂ ਇਹਦੀ ਸੰਭਾਵਨਾ ਪੂਰੀ ਨਹੀਂ ਕਰ ਲੈਂਦਾ ਵੀ ਇਹ ਡਾਕਾ ਕਿ ਚੋਰੀ ਹੈ ਉਹਨਾਂ ਚਿਰ ਮੈਂ ਰਿਪੋਰਟ ਥੋੜੀ ਕਿਵੇਂ ਲਿਖ ਸਕਦਾ ਕਿਉਂ ਵੀ ਅਮਰੀਕ ਹਾਂਜੀ ਨਹੀਂ 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 ਇਹਦੇ ਬਾਰੇ ਤਾਂ ਮੈਨੂੰ ਨਾ ਉੱਤੋਂ ਪੁੱਛਣਾ ਪਊਗਾ ਹਾਂ ਉੱਤੇ ਮੈਂ ਟੈਲੀਫੋਨ ਕਰ ਲੈਂਦਾ ਹੈਲੋ ਐਸ ਪੀ ਸਾਹਿਬ ਮੈਂ ਡਾਇਰੈਕਟ ਥਾਣੇਦਾਰ ਬੋਲ ਰਿਹਾ ਜੀ ਮੈਂ ਕਰਾਂ ਕੜਾਕੇਦਾਰ ਹਾਂਜੀ ਬਿਆਨ ਕਰ ਲਿਆ ਜੀ ਹਾਂਜੀ ਇੱਥੇ ਸਾਰਾ ਮਾਲ ਅਖਰਾ ਬਖਰਾ ਪਿਆ ਸੀ ਜੀ ਪਰ ਤੁਸੀਂ ਫਿਕਰ ਨਾ ਕਰੋ ਜੀ ਮੈਂ ਸਾਰੇ ਨੂੰ ਨੰਬਰਵਾਰ ਲਾ ਦੂੰਗਾ ਜੀ ਸਾਰੇ ਪੁਲਿਸ ਵਾਲੇ ਵੀ ਨੰਬਰਵਾਰ ਲਾ ਦੂੰਗਾ ਜੀ ਇਹ ਕੈਦੀ ਵੀ ਜਿਹੜੇ ਘੱਟ ਵੱਧ ਖਾਂਦੇ ਆ ਨਾ ਇਹਨਾਂ ਨੂੰ ਵੀ ਨੰਬਰਵਾਰ ਲਾ ਦੂੰਗਾ ਜੀ ਹਾਂ ਨਾਲੇ ਦੇਖੋ ਜੀ ਦੋ ਚਾਰ ਡਾਕੂ ਤਾਂ ਮਾਰਨੇ ਪੈਣਗੇ ਜਿੰਨਾ ਚਿਰ ਮੈਂ ਪ੍ਰਮੋਸ਼ਨ ਲੈਂਦਾ ਨੀ ਉਹਨਾਂ ਚਿਰ ਗੱਲ ਬਣਦੀ ਨੀ ਮੈਂ ਕਿਹਾ ਐਸ ਪੀ ਸਾਹਿਬ ਇੱਕ ਮਾਮਲਾ ਬੜਾ ਪੇਚੀਦਾ ਆ ਗਿਆ ਜੀ ਹਾਂਜੀ ਉਹ ਮਾਮਲਾ ਪੇਚੀਦਾ ਇਹ ਹੈ ਜੀ ਵੀ ਪਹਿਲਾਂ ਤਾਂ ਜਿਹੜੇ ਦੋ ਆਦਮੀ ਰਿਪੋਰਟ ਲਿਖਾਉਣ ਵਾਸਤੇ ਆਏ ਆ ਨਾ ਉਹ ਰੋਂਦੇ ਤਾਂ ਹੈ ਪਰ ਉਹਨਾਂ ਦੇ ਆਂਸੂ ਅੰਦਰ ਗਿਰੀ ਜਾਂਦੇ ਆ ਮੈਂ ਪਹਿਲੇ ਵਾਰੀ ਦੇਖੇ ਆ ਜੀ ਉੱਤੋਂ ਉੱਤੋਂ ਰੋਈ ਜਾਂਦੇ ਆ ਆਂਸੂ ਉਹਨਾਂ ਦੇ ਅੰਦਰ ਗਿਰੀ ਜਾਂਦੇ ਆ ਜੀ ਉਹ ਐ ਕਹਿੰਦੇ ਆ ਜੀ ਵੀ ਉਹ ਦੋਨੇ ਜੀ ਕਹਿੰਦੇ ਅਸੀਂ 12 ਵਜੇ ਸੁੱਤੇ ਪਏ ਸੀ ਜੀ ਰਾਤ ਨੂੰ ਕਹਿੰਦੇ ਦੋ ਬੰਦੇ ਆਏ ਅੰਦਰ ਆਏ ਆ ਕੇ ਬੋਲੇ ਕਹਿੰਦੇ ਮਾਰ ਦਿਆਂਗੇ ਉਡਾ ਦਿਆਂਗੇ ਕਹਿੰਦੇ ਅਸੀਂ ਜਾਗ ਉਹਨਾਂ ਨੇ ਜੀ ਹਾਂਜੀ ਉਹਨਾਂ ਨੇ ਮਾਲ ਚੱਕਣਾ ਸ਼ੁਰੂ ਕਰਤਾ ਜੀ ਮਾਲ ਸ਼ੁਰੂ ਕੀਤਾ ਚੱਕ ਚੱਕ ਕੇ ਸਮਾਨ ਲੈ ਗਏ ਤੇ ਆਪਦੇ ਥੈਲਿਆਂ 'ਚ ਪਾਈ ਗਏ ਤੇ ਸਾਰਾ ਮਾਲ ਲੈ ਗਏ ਜੀ ਹੁਣ ਸਾਰਾ ਮਾਲ ਉਹ ਲੈ ਗਏ ਜੀ ਹੁਣ ਮੈਨੂੰ ਇਹ ਨਹੀਂ ਪਤਾ ਲੱਗਦਾ ਜੀ ਵੀ ਇਹ ਚੋਰੀ ਹੈ ਕਿ ਡਾਕਾ ਜੀ ਚੋਰੀ ਕਿਵੇਂ ਹੋਈ ਜੀ ਚੋਰੀ ਤਾਂ ਹੋਈ ਨਾ ਜੀ ਸਾਹਮਣੇ ਜਾਗਦੇ ਪਏ ਰਹੇ ਜੀ ਤੇ ਉਹ ਸਮਾਨ ਚੱਕੀ ਜਾਂਦੇ ਆ ਜੀ ਡਾਕਾ ਤਾਂ ਹੀ ਹੋਇਆ ਜੀ ਨਾ ਤਾਂ ਉਹਨਾਂ ਨੇ ਪਿਸਤੌਲ ਦਿਖਾਏ ਜੀ ਤੇ ਨਾ ਇਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਜੀ ਨਾ ਡਾਕਾ ਤਾਂ ਹੀ ਬਣਦਾ ਜੀ ਚੋਰੀ ਪਰ ਕਿਵੇਂ ਬਣਦੀ ਜੀ ਚੋਰੀ ਤਾਂ ਬਣਦੀ ਨੀ ਜੀ ਸਾਹਮਣੇ ਇੱਕ ਕੋਲ ਹੀ ਬੈਠੇ ਆ ਜੀ ਇਹ ਤਾਂ ਦੇਖੀ ਜਾਂਦੇ ਆ ਜੀ ਤੇ ਉਹ ਚੱਕੀ ਜਾਂਦੇ ਆ ਜੀ ਡਾਕਾ ਡਾਕਾ ਤੁਹਾਨੂੰ ਮੈਂ ਦੱਸਿਆ ਜੀ ਡਾਕਾ ਤਾਂ ਉਹਨਾਂ ਕੋਲ ਪਿਸਤੌਲ ਦਾ ਵੀ ਪਤਾ ਨੀ ਜੀ ਹੈ ਕਿ ਨਹੀਂ ਜੀ ਚੋਰੀ ਡਾਕਾ ਚੋਰੀ ਅੱਛਾ ਜੀ ਅੱਛਾ ਜੀ ਹਾਂ ਅੱਛਾ ਜੀ ਠੀਕ ਹੈ ਜੀ ਲੈ ਵੀ ਤੁਸੀਂ ਪਹਿਲਾਂ ਐ ਦੱਸੋ ਵੀ ਤੁਸੀਂ ਆਪਣੇ ਸਮਾਨ ਦਾ ਬੀਮਾ ਕਰਾਇਆ ਸੀ ਬਿਲਕੁਲ ਕਰਾਇਆ ਸੀ ਜੀ ਕਿੰਨੇ ਦਾ ਕਰਾਇਆ ਸੀ 5 ਲੱਖ ਦਾ ਜੀ ਚੋਰ ਫੜ ਲੈ ਜੀ ਕੌਣ ਹੈ ਮੇਰੇ ਸਾਹਮਣੇ ਬੈਠੇ ਬੈਠੇ ਖੜੇ ਹੋ ਗਏ ਸਾਨੂੰ ਧੋਖਾ ਦਿੰਦੇ ਹੋ ਅਸੀਂ ਸਭ ਜਾਣਦੇ ਹਾਂ ਅਮਰੀਕ ਇਹਨਾਂ ਦੋਨਾਂ ਨੂੰ ਫੜ ਕੇ ਅੰਦਰ ਕਰ ਕਰਦੇ ਨੇ ਅੰਦਰ ਕਰੂਗਾ ਤੁਹਾਨੂੰ ਮਠੀ ਕਰੂੰਗਾ ਪਾਊਗਾ ਤੁਹਾਡੇ ਪੜਾਕੇ ਫਿਰ ਤੁਹਾਨੂੰ ਪਤਾ ਲੱਗੂਗਾ ਫਿਰ ਫੁੱਟੋਗੇ ਜੇ ਮੈਂ ਖਰੂਜਾ ਫੁੱਟਦਾ ਹੁੰਦਾ ਫਿਰ ਫੁੱਟੋਗੇ ਲੱਗੂ ਪਤਾ ਤੁਹਾਨੂੰ ਅਮਰੀਕ ਜਿਹੜੇ ਗੰਦੇ ਲੋਕ ਨਾ ਪੁਲਸਾਰਾਂ ਤੋਂ ਚੱਕਰਾਂ 'ਚ ਪਾਈ ਜਾਂਦੇ ਆ ਤੇ ਬੀਮਿਆਂ ਤੋਂ ਪੈਸੇ ਖਾਈ ਜਾਂਦੇ ਆ ਤੇ ਬੱਚਿਆਂ ਤੇ ਬਰਥਡੇ ਮਨਾਈ ਜਾਂਦੇ ਆ ਹੈਪੀ ਬਰਥਡੇ ਟੂ ਯੂ ਉਹ ਨਿਆਣਿਆਂ ਦਾ ਬਰਥਡੇ ਮਨਾਈ ਜਾਂਦੇ ਆ ਤੇ ਸਾਨੂੰ ਵੀ ਚਾਹ ਨਹੀਂ ਪਿਆਉਂਦਾ ਇਹ ਚਾਹ ਕਿ ਛੱਪੜ ਦਾ ਪਾਣੀ ਹੈ ਤੂੰ ਬਣਾਈ ਹੈ ਮੇਰੇ ਬਾਪੂ ਨੇ ਬਣਾਈ ਹੈ ਜੀ ਹਾਂ ਬਾਪੂ ਨੂੰ ਬੁਲਾ ਕੇ ਲਿਆ ਇਹ ਚਾਹ ਕੌਣ ਬਣਾਉਂਦਾ ਇਹ ਤਾਂ ਬਾਪੂ ਬਣਾਉਂਦਾ ਜੀ ਇਹਦਾ ਬਾਪੂ ਬਣਾਉਂਦਾ ਇਹਦੇ ਬਾਪੂ ਨੂੰ ਕਹਿ ਦਿਓ
ਇਹਦਾ ਬਿਸਤਰਾ ਬੋਰੀਆ ਮਤਲਬ ਬਰਦਾਨੀਆ ਇੱਥੋਂ ਚੱਕ ਕੇ ਮੈਂ ਛੱਪੜ ਦੇ ਕਿਨਾਰੇ ਲਾ ਦੂੰਗਾ ਮੈਂ ਦੱਸਦਾ ਉਹਦੇ ਛੱਪੜ ਦਾ ਪਾਣੀ ਮੱਝਾਂ ਪੀ ਜਾਣਗੀਆਂ ਤੇ ਇਹਦਾ ਛੱਪੜ ਵਰਗਾ ਪਾਣੀ ਚਾਹ ਮਤਲਬ ਬੁੜੇ ਪੀ ਜਾਣਗੇ ਥਾਣੇਦਾਰ ਜੀ ਅਸਰ ਬੋਰਡ ਲਿਖਾ ਸੋਨੇ ਨੂੰ ਮੈਂ ਕਹਿੰਦਾ ਸੀ ਆਪਣੇ ਨੂੰ ਸੋਨੇ ਨੂੰ ਭੇਜ ਬੰਦ ਕਰ ਦੋ ਬੰਦ ਦੇਖੋ ਸਰਕਾਰ ਕੀ ਗੱਲ ਹੈ ਮੈਂ ਕਿਹਾ ਇਹ ਚਾਹ ਤੂੰ ਬਣਾਈ ਹੈ ਜੀ ਸਰਕਾਰ ਨਹੀਂ ਬਣਾਈ ਗੱਲ ਸੁਣ ਥਾਣੇ ਦੇ ਵਿੱਚ ਉਮਰ ਹੀ ਦੇਖੀ ਜਾਂਦੀ ਜੁਰਮ ਦੇਖਿਆ ਜਾਂਦਾ ਤੇ ਤੂੰ ਇਹ ਚਾਹ ਪਿਆ ਕੇ ਸਾਨੂੰ ਬਹੁਤ ਵੱਡਾ ਜੁਰਮ ਕੀਤਾ ਤੈਨੂੰ ਪਤਾ ਹੋਣਾ ਚਾਹੀਦਾ ਇਹ ਕਿਸ ਤਰ੍ਹਾਂ ਦੀ ਚਾਹ ਬਣਾਈ ਹੈ ਏਦਾਂ ਦੀ ਚਾਹ ਤਾਂ ਇਸ ਤਰ੍ਹਾਂ ਹੀ ਹੁੰਦੀ ਹੈ ਸਰਕਾਰ ਇਹ ਚਾਹ ਤੂੰ ਬਹੁਤ ਖਰਾਬ ਬਣਾਤੀ ਬਈ ਮੁਫਤ ਦੀ ਚਾਹ ਤਾਂ ਇਸ ਤਰ੍ਹਾਂ ਹੀ ਹੁੰਦੀ ਹੈ ਸਰਕਾਰ ਦੇਖ ਲੈ ਗੱਲ ਸੁਣ ਮੈਂ ਤੇਰਾ ਬਿਸਤਰਾ ਬੋਰੀਆ ਚੁਕਵਾ ਕੇ ਘਰੇ ਭੇਜ ਦੂੰਗਾ ਉੱਥੇ ਬਹੁ ਨਾਲ ਬੈਠਾ ਪੱਖੀਆਂ ਮਾਰੀ ਜਾਏਗਾ ਤੇ ਲਫਾਸੇ ਦਾ ਕੈਸੇ ਦਵਾ ਦੂੰਗਾ ਇਹ ਤੈਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਟਰੱਕ ਥਾਣੇਦਾਰ ਲਾ ਕੇ ਆਇਆ ਪਹਿਲੇ ਥਾਣੇਦਾਰ ਹੈ ਨਹੀਂ ਸੀ ਸਰਕਾਰ ਹੁਣ ਤੁਸੀਂ ਆ ਗਏ ਹੋ ਤੁਹਾਡੇ ਵਾਸਤੇ ਸਪੈਸ਼ਲ ਚ ਆਇਆ ਕਰੂ ਸਰਕਾਰ ਠੀਕ ਹੈ ਹੁਣ ਸੁਣ ਲੈ ਜੀ ਅਮਰੀਕ ਮੈਂ ਦੱਸਦਾ ਇਹਨੂੰ ਹੁਣ ਨਾ ਤੂੰ ਦੁੱਧ ਦੀ ਪੱਤੀ ਪਾਉਣੀ ਆ ਠੀਕ ਹੈ ਜੀ ਪਰ ਜੋ ਦੁੱਧ ਦੀ ਪੱਤੀ ਪਾਤੀ ਉਹਦੇ ਬਾਅਦ ਜਦੋਂ ਉਬਲਣਾ ਪੜ ਲੱਗ ਜੇ ਫਿਰ ਮਾੜੀ ਮਲਾਈ ਪਾਉਣੀ ਆ ਉਹਦੇ ਬਾਅਦ ਫਿਰ ਥੋੜੀ ਮਲਾਈ ਫੇਰ ਪਾ ਦੇਣੀ ਆ ਤੇ ਭੇਜਣ ਲੱਗੇ ਮੇਰੇ ਗਲਾਸ ਚ ਥੋੜੀ ਮਲਾਈ ਫੇਰ ਪਾ ਦੇਣੀ ਆ ਗੱਲ ਸੁਣੇ ਜਰਾ ਆ ਮੁੰਡੇ ਨੂੰ ਕਹਿ ਸਾਫ਼ ਕਰ ਸਾਰੇ ਸਾਫ਼ ਕਰਕੇ ਜਾ ਕਰਕੇ ਜਾ ਸਾਫ਼ रिपोर्ट लिखा हले तो मैं आना आपे बजोगे मैं बनाने जानता डायरेक्ट आने जा रहा है खानदानी चोर है मसा मन्ने है खाली बक्से चोरी करवाई जाते हैं ते घरां नूं अग लाई जाते हैं ते उधरों पुलिस की शिकायत करी जाते हैं भी पुलिस चोर नहीं फड़दा चोर तां असीं फड़ लिया जो सानूं फड़ के अगे करांगे मसा फड़िया एस पी साहब नूं टेलीफोन करना पऊगा हेलो एस पी साहब मैं डायरेक्ट थानेदार मैं गरम कड़ाकेदार बोल रहा जी भी बहुत बड़ा ग्रुप निकलिया जी मैं क्या एस पी साहब ये तो बहुत बड़ा गबन निकलिया जी 40-50 लाख रुपया खा गए जी माल कट गए जी ते घर अग ला दें जी ते